ਪਰਮ ਸਤਿਕਾਰਯੋਗ ਗੁਰੂ ਰੂਪ ਸਰਬਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਾਰਿਆਂ ਦੇ ਨਾਲ ਗੁਰੂ ਘਰ ਤੋਂ ਬਹੁਤ ਵੱਡੀ ਸ਼ਾਨ ਤੇ ਬਹੁਤ ਵੱਡੀ ਫਤਿਹ ਫਿਰ ਆਪ ਜੀ ਸ਼ਾਨ ਜਪੋ ਫਤਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 26 ਤਰੀਕ ਤੋਂ ਲੈ ਕੇ ਛੱਤੇ 8 ਮਾਰਚ ਅਰਧਰਾ ਤੱਕ ਆਪ ਜੀ ਨੇ ਤਪਸਥਾਨ ਗੁਰਦੁਆਰਾ ਮਨਜੀ ਸਾਹਿਬ ਦਰਬਾਰ ਬ੍ਰਹਮ ਗਿਆਨੀ ਸ਼ੰਤ ਬਾਬਾ ਵਡਭਾਗ ਸਿੰਘ ਜੀ ਦੇ ਮਹਾਨ ਹਿਮਾਚਲ ਦੀ ਧਰਤੀ ਪਿੰਡ ਮੈੜੀ ਵਿਖੇ ਬਹੁਤ ਵੱਡੇ ਮੇਲੇ ਦਾ ਜੋ ਇੱਕ ਦ੍ਰਿਸ਼ ਪੂਰੇ ਸੰਸਾਰ ਨੇ ਦੇਖਿਆ ਹੈ ਆਪ ਜੀ ਨੂੰ ਇਸ ਮੇਲੇ ਦੀ ਸਮਾਪਤੀ ਤੇ तमाम ਸਰਬੱਤ ਸੰਗਤਾਂ ਦਾ ਤਪ ਸਥਾਨ ਗੁਰਦੁਆਰਾ ਮਨਜੀ ਸਾਹਿਬ ਇੰਤਜ਼ਾਮੀਆਂ ਸ਼ਿਵਕ ਕਮੇਟੀ ਆਪ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਆਪ ਜੀ ਨੇ ਬਹੁਤ ਹੀ ਚਾਅ ਨਾਲ ਸਦਕ ਨਾਲ ਸਤਕਾਰ ਨਾਲ ਗੁਰੂ ਘਰ ਦੀ ਪਰੰਪਰਾ ਨੂੰ ਗੁਰੂ ਘਰ ਦੀ ਮਰਿਆਦਾ ਨੂੰ ਜੋ ਸਾਨੂੰ ਮਰਿਆਦਾ ਸ੍ਰੀ ਅਕਾਲ ਤੱਕ ਸਭ ਤੋਂ ਬਖਸ਼ਿਸ਼ ਹੋਈ ਹੈ ਉਸ ਮर्यादा ਦਾ ਪਾਲਣ ਕਰਦੇ ਆ ਆਪ ਜੀ ਸਾਰਿਆਂ ਨੇ ਬਾਖੂਬੀ ਬਿਹਤਰੀਨ ਤਰੀਕੇ ਨਾਲ ਪੂਰੀ ਮर्यादा ਵਿੱਚ ਰਹਿ ਕੇ ਪੂਰੇ ਜ਼ੋਰ ਜੋਸ਼ ਦੇ ਵਿੱਚ ਰਹਿ ਕੇ ਆਪ ਜੀ ਨੇ ਆਪਣੀ ਸੇਵਾ ਨੂੰ ਨੇਪੜੇ ਚੜਾਇਆ ਪਾਵ ਪੂਰਨ ਕੀਤਾ ਅਸੀਂ ਜਿੱਥੇ ਰਿਣੀ ਹਾਂ ਉੱਥੇ ਉਮੀਦ ਕਰਦੇ ਹਾਂ ਕਿ ਸਿੱਖ ਜਗਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਜਿਹੜਾ ਮਨੁੱਖ ਬੈਠ ਕੇ ਸੇਵਾ ਦੇ ਮਹਦਮ ਦੇ ਵਿੱਚ ਅੱਗੇ ਜਾਂਦਾ ਹੈ ਉਹ ਗੁਰੂ ਸਾਹਿਬ ਦੀ ਬਹੁਤ ਵੱਡੀ ਬਖਸ਼ਿਸ਼ ਵੀ ਪ੍ਰਾਪਤ ਕਰਦਾ ਹੈ ਇੱਕ ਭਾਈਚਾਰੇ ਦਾ ਪੈਗਾਮ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕਦੀ ਇਹ ਪੰਨਾ ਚੋੜ ਕੱਢ ਕੇ ਦੇਖਿਏ ਸਾਨੂੰ ਇਹੋ ਹੀ ਲੱਗਦਾ ਹੈ ਕਿ ਇਹ ਪਾਵਨ ਗ੍ਰੰਥ ਤਮਾਮ ਦੁਨੀਆ ਦਾ ਭਲਾ ਮੰਗਦਾ ਹੈ ਤਮਾਮ ਦੁਨੀਆ ਨੂੰ ਨਾਲ ਜੋੜਦਾ ਹੈ ਤਮਾਮ ਦੁਨੀਆ ਦੇ ਨਾਲ ਬੈਠ ਕੇ ਲੰਗਰ ਛਕਦਾ ਹੈ ਤਮਾਮ ਦੁਨੀਆ ਦੇ ਵਿੱਚ ਕਿਤੇ ਵੀ ਜ਼ਰੂਰਤਮੰਦ ਹੋਵੇ ਉਹਦੀ ਸੇਵਾ ਵਿੱਚ ਜੁੜਦਾ ਹੈ ਤਮਾਮ ਦੁਨੀਆ ਦੇ ਲੋਕਾਂ ਨੂੰ ਜਿੱਥੇ ਕਿਤੇ ਵੀ ਬਤੌਰ ਫੌਜੀ ਹੋਣ ਦੇ ਨਾਤੇ ਡਿਊਟੀ ਮਿਲਦੀ ਹੈ ਉਹਦੀ ਰੱਖਿਆ ਕਰਦਾ ਹੈ ਇਹ ਸਭ ਤੋਂ ਵੱਡਾ ਹਿੰਦੁਸਤਾਨ ਦੇ ਸਮਾਜ ਦੇ ਵਿੱਚ ਸਿੱਖ ਵਰਗ ਜਿਹੜਾ ਸਭ ਤੋਂ ਵੱਡਾ ਇਨਕਮ ਟੈਕਸ ਪੇਅਰ ਹੈ। ਔਰ ਆਪਣੀ ਖੁਦਦਾਰੀ ਦਾ ਪੂਰਾ ਖਿਆਲ ਰੱਖਦਾ। ਕਦੀ ਪੇਖਣੀ ਮੰਗਦਾ। ਇਹ ਗੁਰੂ ਸਾਹਿਬ ਤੋਂ ਮੰਗਦਾ ਹੈ। ਗੁਰੂ ਦੇ ਅੱਗੇ ਜੁੜਦਾ ਹੈ। ਇਹ ਸਾਰਿਆਂ ਦਾ ਭਲਾ ਵੀ ਜਿੱਥੇ ਮੰਗਦਾ ਹੈ। ਕੇਵਲ ਭਲਾ ਸ਼ਬਦਾਂ ਮਾਤਰ ਨਹੀਂ। ਆਪਣੀ ਕੁਰਬਾਨੀ ਵੀ ਦਿੰਦਾ ਹੈ ਸਾਨੂੰ ਦਸਮ ਪਿਤਾ ਕਲਗੀਧਰ ਪਾਤਸ਼ਾਹ ਨੇ ਇਹ ਹੀ ਪੜਾਇਆ ਹੈ ਔਰ ਇਸ ਧਰਮ ਦੇ ਨਾਲ ਹਰ ਵਿਅਕਤੀ ਜੁੜਿਆ ਹੈ ਔਰ ਹਰ ਵਿਅਕਤੀ ਇਹ ਪ੍ਰਾਊਡ ਫੀਲ ਕਰਦਾ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੇਰੇ ਹੀ ਹਨ ਕਿਉਂਕਿ ਸ਼ਾਂਜੀਵਾਲਤਾ ਸਾਂਝਤਾ ਦਾ ਪਿਆਰ ਸਾਨੂੰ ਗੁਰੂ ਘਰ ਦੇ ਵਿੱਚੋਂ ਬਹੁਤ ਵੱਡੇ ਤਲ ਦੇ ਉੱਤੇ ਮਿਲਦਾ ਹੈ ਤਾਂ ਮੈਂ ਧੰਨਵਾਦ ਕਰਦਾ ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਉਹਨਾਂ ਪ੍ਰਮੁੱਖ ਮਹਾਨ ਵਿਅਕਤੀਆਂ ਦਾ ਜਥੇਦਾਰਾਂ ਦਾ ਜਿਨ੍ਹਾਂ ਨੇ ਸਾਨੂੰ ਤਪਸਥਾਨ ਗੁਰਦਾਰਾ ਮੰਜੀ ਸਾਹਿਬ ਨੂੰ ਇੱਕ ਚਿੱਠੀ ਲਾਈ ਇਹ ਸੰਦੇਸ਼ ਦੇ ਕੇ ਦਾਸ ਨੂੰ ਬਾਬਾ ਸਰਨਜੀਤ ਸਿੰਘ ਨੂੰ ਪੂਰੀ ਦੁਨੀਆ ਵਿੱਚ ਤੋਰਿਆ ਹੈ ਸੇਵਾ ਕਰਨ ਵਾਸਤੇ ਅੱਜ ਉਹਦਾ صدਕਾ ਸਾਡੇ ਤਪਸਥਾਨ ਦੇ ਤਪਸਥਾਨ ਦੇ ਨਾਲ ਜੁੜੇ ਜਿਨੇ ਵੀ ਸੇਵਾਦਾਰ ਨੇ ਉਹਨਾਂ ਦੇ ਵਿੱਚ ਇੱਕ ਮਰਿਆਦਾ ਇੱਕ ਗੁਰੂ ਘਰ ਦੇ ਨਾਲ ਪਿਆਰ ਗੁਰੂ ਘਰ ਸਾ ਗੁਰੂ ਘਰ ਦਾ ਸਤਕਾਰ ਕੁੱਟ-ਕੁੱਟ ਕੇ ਪਰਿਆ ਹੈ ਮਹਾਰਾਜ ਕਿਰਪਾ ਕਰਨ ਕਿ ਇਹ ਸਤਕਾਰ ਸਦਕ ਸਾਰੀ ਦੁਨੀਆ ਵਿੱਚ ਜਾਵੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋ ਸਤਕਾਰ ਹੈ ਉਹ ਹੋਣਾ ਚਾਹੀਦਾ ਔਰ ਹੋ ਰਿਹਾ ਹੈ ਤਪਸਥਾਨ ਗੁਰਦਾਰਾ ਮਨਜੀਤ ਸਾਹਿਬ ਇੱਕ ਮਿਸਾਲ ਹੈ ਕਿ ਜਿਨੇ ਆਪਣੇ ਦਰਬਾਰ ਦੇ ਵਿੱਚ ਵਹਿਮਾਂ ਭਰਮਾਂ ਤੋਂ ਉੱਚ-ਨੀਚ ਦੇ ਧਾਰੇ ਚੋਂ ਔਰ कमजोर ਤੇ ਤਾਕਤਵਰ ਦੀਆਂ ਕਹਾਣੀਆਂ ਨੂੰ ਦੂਰ ਕਰਦੇ ਹਾਂ ਇੱਕ ਪਿਤਾ ਇੱਕ ਇਸ ਕੇ ਹੰਬਾਰਖ ਰਹਿ ਕੇ ਉਸ ਛੰਡੇ ਥਲੇ ਰਹਿ ਕੇ ਉਸ ਗੁਰਮਰਿਆਦਾ ਥਲੇ ਰਹਿ ਕੇ ਕੰਮ ਕਰਨ ਦੀ ਤੌਫੀਕ ਤਾਕਤ ਬਖਸ਼ਿਸ਼ ਕੀਤੀ ਹੈ ਮੈਂ ਦੇਸ਼ ਵਾਸੀਆਂ ਨੂੰ ਦੇਸ਼ ਤੋਂ ਬਾਹਰ ਰਹੇ ਰਿਹਾ ਸਰਬਰ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਆਓ ਲੇਟਸ ਯੂਨਾਈਟ ਟੂ ਗਾਦਰ ਐਂਡ ਸਟਾਰਟ ਸਰਵਿੰਗ ði ਨੇਸ਼ਨ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਉਚਤਾ ਹੈ ਸਵੱਛਤਾ ਹੈ ਉਸ ਸਵੱਛਤਾ ਨੂੰ ਕਾਇਮ ਰੱਖਿਏ ਔਰ ਆਪਣੇ ਹਿਰਦੇ ਵਿੱਚ ਇੱਕ ਬਹੁਤ ਹੀ ਵੱਡੀ ਤਾਕਤ ਨੂੰ ਲੈ ਕੇ ਪੂਰੇ ਸੰਸਾਰ ਦੇ ਵਿੱਚ ਭਰਮਣ ਕਰੀਏ ਜਿਸ ਭਰਮਣ ਦੇ ਨਾਲ ਇੱਕ ਆਪਸੀ ਭਾਈਚਾਰੇ ਦਾ ਪੈਗਾਮ ਜਿਹੜਾ ਹੈ ਉਹ ਫੁੱਟ ਕੇ ਬਾਹਰ ਆਵੇ ਹਿੰਦੂ ਸਿੱਖ ਮੁਸਲਮਾਨ ਅਸਾਈ ਸਭ ਹੈ ਆਪਸ ਵਿੱਚ ਭਾਈ ਭਾਈ ਇਹ ਨਾਰਾ ਸੀ ਲੇਕਿਨ ਅੱਜ ਜ਼ਰੂਰਤ ਹੈ ਇਹਨੂੰ ਪ੍ਰੈਕਟੀਕਲ ਜਾਮਾ ਪਹਿਰਾਉਂਦੇ ਪ੍ਰੈਕਟੀਕਲ ਸ਼ੇਪ ਦੇਣ ਦੀ ਉਮੀਦ ਹੈ ਅਸੀਂ ਸਾਰੇ ਹੀ ਅੱਗਾ ਨਿਕਲਾਂਗੇ ਮਹਾਰਾਜ ਦੀ ਕਿਰਪਾ ਮਹਾਰਾਜ ਦੀ ਬਖਸ਼ਿਸ਼ ਆਪਣੇ ਸ਼ੇਵਕਾਂ ਤੇ ਹੋ ਜਾਂਦੀ ਹੈ ਜਿਸ ਵੇਲੇ ਉਹ ਪੂਰੀ ਯੂਨੀਫਾਰਮ ਦੇ ਵਿੱਚ ਔਰ ਪੂਰੇ ਪ੍ਰੋਗਰਾਮ ਦੇ ਨਾਲ ਔਰ ਇੱਕ ਡਿਸਿਪਲਿੰਡ ਹੋ ਕੇ ਬਾਹਰ ਨਿਕਲਦੇ ਹਾਂ ਤਾਂ ਮੈਂ ਇਸ ਤਪਸਥਾਨ ਗੁਰਦਾਰਾ ਮੰਜੀ ਸਾਹਿਬ ਦੇ ਉਤੇ ਮਹਾਨ ਮੇਲੇ ਦੇ ਉਤੇ ਜਿਨ੍ਹਾਂ ਲੋਕਾਂ ਨੇ ਬਹੁਤ ਵੱਡੀ ਸੇਵਾ ਕਰਕੇ ਬਹੁਤ ਵੱਡਾ ਪੁੰਨ ਪ੍ਰਾਪਤ ਕੀਤਾ ਹੈ ਮੈਂ ਅੱਜ ਉਹਨਾਂ ਦੇ ਨਾਮ ਜ਼ਰੂਰ ਲਵਾਗਾ ਤਾਂ ਕਿ ਲੋਕਾਂ ਦੇ ਵਿੱਚ ਇੱਕ ਜਾਗਰਤੀ ਇੱਕ ਖੁਸ਼ੀ ਦਾ ਮਾਹੌਲ ਇੱਕ ਰਹਿਮਤ ਦਾ ਮਾਹੌਲ ਔਰ ਇੱਕ ਚਲਨ ਦੀ ਤਾਕਤ ਪੈਦਾ ਹੋਵੇ ਤਾਂ ਕਿ ਅਸੀਂ ਇਹ ਸੇਵਾ ਹਮੇਸ਼ਾ ਕਰਦੇ ਰਹੀਏ ਔਰ ਹਮੇਸ਼ਾ ਸੇਵਾ ਦੇ ਵਿੱਚੋਂ ਹੀ ਗੁਰੂ ਘਰ ਦੀਆਂ ਸਤਗੁਰੂ ਦੀਆਂ ਖੁਸ਼ੀਆਂ ਤੇ ਮੇਵਾ ਪ੍ਰਾਪਤ ਕਰ ਸਕੀਏ ਤੋਂ ਮੈਂ ਆਪ ਜੀ ਸਾਰਿਆਂ ਦਾ ਬਹੁਤ ਵੱਡਾ ਜੋ ਸਹਿਯੋਗ ਹੈ ਉਹ ਸਜਣਾ ਦੇ ਜ਼ਰੂਰ ਨਾਨਵਾ ਲਵਾਗਾ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਜਾ ਕੇ ਇੱਕ ਪੈਗਾਮ ਦਿੱਤਾ ਆਪਣੀ ਸੇਵਾ ਰਹੀਂ ਆਪਣੇ ਮਾਧਮ ਚ ਜਦ ਵਿੱਚ ਡਾਇਮੰਡ ਆਈ ਹਸਪੀਟਲ ਫਰੋਜ਼ਪੁਰ ਬਹੁਤ ਵੱਡਾ ਉਹਨਾਂ ਨੇ ਯੋਗਦਾਨ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਕੈਲੰਡਰਾਂ ਦੇ ਰੂਪ ਦੇ ਵਿੱਚ ਪੇਜ ਕੇ ਇੱਕ ਮਹਾਰਾਜ ਦੇ ਦਰਬਾਰ ਦੀ ਐਕਟੀਵਿਟੀਆਂ ਨੂੰ ਪਰਚਲਿਤ ਕੀਤਾ ਤਾਂ ਮੈਂ ਬਹੁਤ ਤਨਵਾਦੀ ਹਾਂ ਬੀਬੀ ਕਰਮਜੀਤ ਕੌਰ ਦੀ ਰੰਗੀਆਂ ਵਾਲੇ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ तकरीबन 500 ਲੋਕਾਂ ਨੂੰ ਲੈ ਕੇ ਹਮੇਸ਼ਾ ਸੇਵਾ ਵਿੱਚ ਜੁੜੇ ਰਹੇ ਬਾਬਾ ਬਲਵਿੰਦਰ ਸਿੰਘ ਜੀ ਫਰੋਜ਼ਪੁਰ ਬਾਬਾ ਵਿਰਸ਼ਾ ਸਿੰਘ ਜੀ ਫਰੋਜ਼ਪੁਰ बाबा गुरमुख ਸਿੰਘ ਜੀ ਫਰੋਜ਼ਪੁਰ ਜੋੜਾਕਰ ਇਹਨਾਂ ਦੀ ਆਪਣੀ ਇੱਕ ਅਲੱਗ ਰੀ ਸ਼ੇਵਾ ਸੀ ਬਹੁਤ ਵੱਡੀ ਸ਼ੇਵਾ ਕਰਕੇ ਆਪ ਜੀ ਨੇ ਬਹੁਤ ਵੱਡਾ ਮਾਣ ਪ੍ਰਾਪਤ ਕੀਤਾ ਹੈ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਅੰਮ੍ਰਿਤਸਰ ਵਾਲੇ ਭਾਈ ਸਾਹਿਬ ਭਾਈ ਤਸ਼ਵੀਰ ਸਿੰਘ ਜੀ ਡਾਕਟਰ ਤਸ਼ਵੀਰ ਸਿੰਘ ਜੀ ਅੰਮ੍ਰਿਤਸਰ ਵਾਲੇ ਲੰਗਰ ਲਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਪੁੱਲਰ ਉਹਨਾਂ ਦੇ ਵੱਡੇ ਭਾਈ ਸਾਹਿਬ ਭਾਈ ਸਾਹਿਬ ਭਾਈ ਸੁਖਬਿੰਦਰ ਸਿੰਘ ਜੀ ਪੁੱਲਰ ਜਗੀਰ ਸਿੰਘ ਜੀ ਗੁਰਮੇਸ਼ ਸਿੰਘ ਜੀ ਭਾਵੜਾ ਬਾਬਾ ਨਸੀਬ ਸਿੰਘ ਜੀ ਅਡਾ ਸ਼ੇਖਾ ਪਾਈ ਸਾਹਿਬ ਪਾਈ ਗਿਆਨ ਸਿੰਘ ਜੀ ਜ਼ੀਰਾ ਜਿਨ੍ਹਾਂ ਦਾ ਇਤਿਹਾਸ ਜੁਨ੍ਹਾਂ ਦੇ ਮਾਤਾ ਪਿਤਾ ਬਜ਼ੁਰਗਾਂ ਤੋਂ ਲੈ ਕੇ ਇਸ ਪਾਵਨ ਦਰਬਾਰ ਦੀ ਸੇਵਾ ਵਿੱਚ ਜੁੜੇ ਹਨ ਉਹਨਾਂ ਨੇ ਆਪਣੇ ਸੁਪੁੱਤਰ ਗगनਦੀਪ ਸਿੰਘ ਜ਼ੀਰਾ ਦੇ ਨਾਲ ਬੈਠ ਕੇ ਬਹੁਤ ਵੱਡੀ ਸ਼ੇਵਾ ਪ੍ਰారంਭ ਕਰਕੇ ਉਸ ਸੇਵਾ ਦਾ ਮੂਲ ਜਿਹੜਾ ਹੈ ਅਧਿਆਤਮਕ ਮੁੱਲ ਜਿਹੜਾ ਹੈ ਉਹਦੀ ਖੁਸ਼ੀ ਆਪ ਜੀ ਨੇ ਪ੍ਰਾਪਤ ਕੀਤੀ ਪੈਸ਼ਾਪ ਭਾਈ ਰੰਕੋਸ਼ শেਠੀ ਜੀ ਫਿਰੋਜ਼ਪੁਰ ਵਾਲੇ ਮਧੂ ਰਾਣੀ ਜੀ ਫਿਰੋਜ਼ਪੁਰ ਵਾਲੇ ਇੰਦਰਜੀਤ ਸਿੰਘ ਜੀ ਲੁਧਿਆਣਾ ਵਾਲੇ ਬਾਬਾਦਰਸ਼ਨ ਸਿੰਘ ਜੀ ਬਾਰਡਰ ਪੰਜਾਬ ਬਾਬਾ ਸੁਚਾ ਸਿੰਘ ਜੀ ਬਾਰਡਰ ਪੰਜਾਬ ਬਾਬਾ ਮਲਕੀਸ਼ ਸਿੰਘ ਜੀ ਬਾਰਡਰ ਹਸ਼ਿਆਨੀਵਾਲ ਪੈਸ਼ਾਪ ਭਾਈ ਖਰਿਆਤ ਜੀ ਫਜ਼ਲਕਾ ਵਾਲੇ ਭਾਈ ਟੋਨੀ ਜੀ ਜਲਾਲਾਬਾਦ ਵਾਲੇ ਡਾਕਟਰ ਪਰਮੇਂਦਰ ਸਿੰਘ ਜੀ ਸ਼ੇਕਰੀ ਫਰੋਜ਼ਪੁਰ ਵਾਲੇ ਡਾਕਟਰ ਸ਼ੀਖਾ ਸ਼ੇਕਰੀ ਜੀ ਫਰੋਜ਼ਪੁਰ ਤੋਂ ਪਾਈਸਾ ਪਾਈ ਜਰਨੈਲ ਸਿੰਘ ਜੀ ਦਿੱਲੀ ਵਾਲੇ ਭਾਈ ਗੁਰਮੀਤ ਸਿੰਘ ਜੀ ਦਿੱਲੀ ਬੀਬੀ ਕਰਨਦੀਪ ਜੀ ਦਿੱਲੀ ਵਾਲੇ ਬੀਬੀ ਸਤੰਦਰ ਕੌਰ ਜੀ ਦਿੱਲੀ ਵਾਲੇ ਡਾਕਟਰ ਪਿੰਕੀ ਪ੍ਰਕਾਸ਼ ਜੀ ਸੁਪਰ ਸਪੈਸ਼ਲਿਸਟ ਪਲਾਸਟਿਕ ਸਰਜੀ ਲੋਧਿਆਣਾ ਜਿਨ੍ਹਾਂ ਦਾ ਇੱਕ ਆਪਣਾ ਨਾਮ ਹੈ ਇੱਕ ਡਾਕਟਰ ਦੀ ਹیثیت ਦੇ ਵਿੱਚ ਰਾਈਟ ਫਰਮ ਚਾਈਲਡਹੂਡ ਆਪਣੇ ਪੜਾਈ ਦੇ ਦੌਰਾਨ ਜਿਨ੍ਹਾਂ ਨੇ ਸੇਵਾ ਕੀਤੀ ਪੂਰਨ ਮੇਲੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਔਰ ਇੱਕ ਬਹੁਤ ਵੱਡੇ ਡਰ ਨੂੰ ਸਵੈਨ ਫਲੂ ਦਾ ਜਿੱਥੇ ਬਹੁਤ ਵੱਡਾ ਆਵਾਜ਼ ਸੀ ਉਹਦਾ ਪੂਰਾ ਭਰਪੂਰ ਆਪਣੇ ਕੋਲੋਂ ਦਵਾਈਆਂ ਲੈ ਕੇ ਆਪ ਜੀ ਨੇ ਸੇਵਾ ਕੀਤੀ ਅਸਟੈਂਟ ਕਮਿਸ਼ਨਰ ਰੈਵਨਿਊ ਸ਼ੋਨੂ ਪੁਰਗਾਲ ਜੀ ਪਾਵਨ ਦਰਬਾਰ ਦੀ ਰੌਣਕ ਔਰ ਸੇਵਾ ਦੇ ਵਿੱਚ ਬੈਠੇ ਦੇ ਦੀਪਕ ਜੀ ਬੰਬੇ ਵਾਲੇ ਸ਼ਕਤੀ ਗਲਾਸ ਹਾਊਸ ਸ਼ਕਤੀ ਗੁਪਤਾ ਜੰਮੂ ਤੁਲਸੀ ਜੀ ਜੰਮੂ ਵਾਲੇ ਰਕੇਸ਼ ਜੀ ਜੰਮੂ ਅਰਨੀਆ ਵਾਲੇ ਪਟਵਾਰੀ ਪੂਰਨ ਚੰਦ ਜੀ ਅਰਨੀਆ ਜੰਮੂ ਵਾਲੇ ਵਿਸ਼ੂ ਗੁਪਤਾ ਜੀ ਜੰਮੂ ਅਰਨੀਆ ਵੀਨਾ ਗੁਪਤਾ ਜੀ ਅਰਨੀਆ ਵਾਲੇ ਚੰਪਾ ਜੀ ਮਾਤਾ ਜੀ ਜੰਮੂ ਵਾਲੇ ਰਾਮਪੁਰਾ ਰੂਪ ਲਾਲ ਗੁਪਤਾ ਜੀ ਜੰਮੂ ਵਾਲੇ ਅਰਬਿੰਦ ਗੁਪਤਾ ਜੀ ਅੰਨੂ ਜੀ ਵਿਨੋਦ ਕੁਮਾਰ ਗੁਪਤਾ ਜੀ ਜੰਮੂ ਵਾਲੇ ਅਨੀਸ਼ ਜੀ ਜੰਮੂ ਵਾਲੇ ਕਪੂਰ ਸਿੰਘ ਹਰਿਆਣਾ ਬੀਬੀ ਕਪੂਰੀ ਦੇਵੀ ਹਰਿਆਣਾ हवा सिंह जी हरियाणा वाले ऑल यंग पार्टी फ्रॉम हरियाणा बिलोंगिंग टू कपूर सिंह फैमिली हरियाणा चरण सिंह जी हरियाणा महेंद्र सिंह जी हरियाणा वाले भाई शाह भाई फकीर सिंह जी बाजपुर पूनम कौर बाजपुर वाले बीबी रिशाल कौर पेवा वाले कुलवंत कौर जी जलालाबाद है बलविंदर सिंह जी अमृतसर वाले बुग्गा जी अमृतसर वाले ਮਹਾਰਾਜ ਦੀ ਕਿਰਪਾ ਆਪ ਜੀ ਦੀਆਂ ਖੁਸ਼ੀਆਂ ਪਾਈਸ਼ਾ ਭਾਈ ਬਲਵਿੰਦਰ ਸਿੰਘ ਜੀ ਬੁੱਗਾ ਚੰਡਾ ਵਾਲੇ ਬੀਬੀ ਲਖਬਿੰਦਰ ਕੌਰ ਜੀ ਬੁੱਗਾ ਚੰਡਾ ਵਾਲੇ ਅਸ਼ੋਕ ਕੁਮਾਰ ਜੀ ਜੰਮੂ ਤੋਂ ਸਪੈਸ਼ਲ ਥੈਂਕਸ ਪਾਈਸ਼ਾ ਭਾਈ ਫਕੀਰ ਸਿੰਘ ਜੀ ਯੂਕੇ ਪਾਈਸ਼ਾ ਭਾਈ ਅਮਰਜੀਤ ਸਿੰਘ ਜੀ ਯੂਕੇ ਜਿਨ੍ਹਾਂ ਨੇ ਆਪਣੇ ਪਹੁੰਚ ਕੇ ਹਾਜ਼ਰੀਆਂ ਲਵਾਈਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਪਾਈਸ਼ਾ ਭਾਈ ਹਰਬਿੰਦਰ ਸਿੰਘ ਜੀ ਨਾਂਦੜਾ ਯੂਕੇ ਬੀਬੀ ਮਹਿੰਦਰ ਕੌਰ ਜੀ ਨਾਂਦੜਾ ਯੂਕੇ ਵਾਲੇ ਮਿਸਿਸ ਅਮਰਜੀਤ ਸਿੰਘ ਜੀ ਨਾਂਦੜਾ ਯੂਕੇ ਵਾਲੇ ਬੀਬੀ ਪਰਮਜੀਤ ਕੌਰ ਜੀ ਕੈਨਕ ਵਾਲੇ ਬੀਬੀ ਰਾਣੋ ਜੀ ਬੀਬੀ ਚਰਨਜੀਤ ਕੌਰ ਜੀ ਜਿਨ੍ਹਾਂ ਦਾ ਬਿਲਕੁਲ ਰਾਬਤਾ ਗੁਰੂ ਘਰ ਦੇ ਨਾਲ ਜੁੜ ਕੇ ਰਿਹਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਰਹੀਆਂ ਭਾਈ ਸਾਹਿਬ ਬੀਬੀ ਹਰਜਿੰਦਰ ਕੌਰ ਸੁਖ ਜੀ ਬਰਮੰਗਮ ਵਾਲੇ ਮਹਾਰਾਜ ਦੀ ਕਿਰਪਾ ਬੀਬੀ ਨਿੱਕੀ ਜੀ ਪਾਈਸ਼ਾ ਪਾਈ ਟੋਨੀ ਜੀ ਉਹਨਾਂ ਦੇ ਮਾਤਾ ਜੀ ਲਗਾਤਾਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਨਵੀਂ ਸੰਗਤ ਜੋ ਇਸ ਵਾਰ ਇਜ਼ਾਫਾ ਹੋਇਆ ਸਰਬਰ ਸੰਗਤ ਦੇ ਰੂਪ ਦੇਵ ਜਿਨ੍ਹਾਂ ਨੇ ਆਪਣੇ ਨਾਮ ਦਰਜ ਕਰਾਏ ਰਾਜਕਰਨ ਸੇਠੀ ਯੂਕੇ ਵਾਲੇ ਦਲਬਖ ਸਿੰਘ ਜੀ ਯੂਕੇ ਵਾਲੇ ਪਰਮਦੇਵ ਸਿੰਘ ਜੀ ਯੂਕੇ ਲੰਡਨ ਵਾਲੇ ਬਾਬਾ ਰਵਿੰਦਰ ਸਿੰਘ ਜੀ ਯੂਕੇ ਵਾਲੇ ਭਾਈ ਜੇਪੀ ਸਿੰਘ ਜੀ ਲਸਟਰ ਯੂਕੇ ਵਾਲੇ ਭਾਈ ਰਾਜਵੀਰ ਸਿੰਘ ਜੀ ਬੈਡਫੋਰਡ ਯੂਕੇ ਭਾਈ ਕੁਲਵਿੰਦਰ ਸਿੰਘ ਜੀ ਕੈਨੇਡਾ ਵਾਲੇ ਬੀਬੀ ਗੁਰਬਖਸ਼ कौर ਜੀ ਕੈਨੇਡਾ ਵਾਲੇ ਪਾਈ ਸੰਦੂ ਜੀ ਜਨਦਤ ਅਪਾਰ ਬਖਸ਼ਿਸ਼ ਮਹਾਰਾਜ ਨੇ ਕੀਤੀ ਸੀ ਗੁਰਦਾਰਾ ਸਾਹਿਬ ਦੀ ਸੇਵਾ ਕਰ ਰਹੇ ਨੇ ਕੈਨੇਡਾ ਵਾਲੇ ਪਾਈ ਸ਼ਾ ਪਾਈ ਲਖਾਰੀ ਯੂਐਸ ਵਾਲੇ ਸਿਦੂ ਫੈਮਿਲੀ ਡਾਕਟਰ ਸਿਦੂ ਯੂਐਸ ਵਾਲੇ ਦੀਪ ਜੀ ਯੂਐਸ ਵਾਲੇ ਬੀਬੀ ਕੋਲਵਿੰਦਰ कौर ਜੀ ਯੂਐਸ ਵਾਲੇ ਪਰਮੰਦਰਪਾਲ ਸਿੰਘ ਜੀ ਮਥੌਣ ਕੁਲਜੀਤ ਸਿੰਘ ਜੀ ਯੂਐਸ ਮਥੌਣ ਹਾਕਮ ਸਿੰਘ ਜੀ ਮਥੌਣ 바ਵਾ ਮੈਡਿਕੋ ਜੀ ਸਣੀ ਸਣੀ ਦੇ ਪਰਵਾਰ ਮਥੌਣ ਪਰਵਾਰ ਅਤੇ तमाम ਉਹ ਲੋਕੀ ਜਿਨ੍ਹਾਂ ਨੇ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਨੂੰ ਇੱਕ ਬਹੁਤ ਵੱਡੀ ਖੂਬਸੂਰਤ ਰੂਪ ਰੇਖਾ ਦਿੱਤੇ ਇਹਨਾਂ ਵਿੱਚ ਕਈ ਨਾਮ ਨੇ ਜਿਹੜੇ ਦਾਸ਼ ਇਹਨਾਂ ਲੰਬਾ ਚੇਤਾ ਵੀ ਨਹੀਂ ਰਹਿ ਜਾਂਦਾ ਲੇਕਿਨ ਉਹਨਾਂ ਦੀ ਸੇਵਾ ਦੁਨੀਆ ਜਗ ਸੰਸਾਰ ਇਹ ਸਭ ਕੁਝ ਦੇਖਿਆ ਕਿਉਂਕਿ ਕਹਿੰਦੇ ਨੇ ਉਸਤਤ ਕਰੇ ਜਹਾਨ ਚੰਗੇ ਰਸਤੇ ਤੇ ਚਲੀਏ ਉਸਤਤ ਜਹਾਨ ਕਰਦਾ ਹੈ ਮਹਾਰਾਜ ਦੀ ਬਖਸ਼ਿਸ਼ ਰਹਿਮਤ ਔਰ ਵਸਾਖੀ ਦੇ ਤੇ ਕਈ ਲੋਕਾਂ ਨੇ ਅਜੇ ਪਹੁੰਚਣਾ ਹੈ ਦੇਸ਼ ਤੇ ਵਿਦੇਸ਼ ਤੇ ਚੋਂ ਮਹਾਰਾਜ ਕਿਰਪਾ ਕਰਨ ਜੋ ਜੋ ਸੇਵਾਦਾਰ ਜਿੱਥੇ ਜਿੱਥੇ ਬੈਠੇ ਨੇ ਉੱਥੇ ਉਹਨਾਂ ਦੀ ਸੇਵਾ ਪ੍ਰਵਾਨ ਕਰਨ ਬੀਬੀ ਸਰਿੰਦਰ ਕੌਰ ਜੀ ਸੇਵਾ ਕਰ ਰਹੇ ਨੇ ਸਤਿਗੁਰੂ ਪਾਤਸ਼ਾਹ ਉਹਨਾਂ ਦੀ ਸੇਵਾ ਪ੍ਰਵਾਨ ਕਰ ਯੂਐਸ ਦੇ ਵਿੱਚ ਜਿੱਥੇ ਵੀ ਕਿਤੇ ਮਹਾਰਾਜ ਦੀਆਂ ਜੋਤਾਂ ਨੇ ਉੱਥੇ ਉਹਨਾਂ ਦੇ ਨਾਲ ਬੀਬੀ ਸੀਸ ਕੌਰ ਜੀ ਜਿਹੜੇ ਪੂਰਾ ਟਾਈਮ ਦੇ ਕੇ ਉਹਨਾਂ ਨੇ ਪੂਰਾ ਸਮਾਂ ਦੇ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਉਹਨਾਂ ਨੂੰ ਗੁਰੂ ਘਰ ਦੀਆਂ ਖੁਸ਼ੀਆਂ ਤੇ ਰਹਿਮਤਾਂ ਪਾਈ ਸ਼ਾਹ ਪਾਈ ਰਾਮ ਸਿੰਘ ਜੀ ਲੁਧਿਆਣਾ ਵਾਲੇ ਉਹਨਾਂ ਨੇ ਬਹੁਤ ਵੱਡੀ ਸੇਵਾ ਕਰਕੇ ਪੁੰਨ ਪ੍ਰਾਪਤ ਕੀਤਾ ਹੈ ਤੋਂ ਮਹਾਰਾਜ ਦੇ ਦਰਬਾਰ ਦੇ ਵਿੱਚ ਜੋ-ਜੋ ਸੰਗਤਾਂ ਨੇ ਜਿੱਥੋਂ-ਜਿੱਥੋਂ ਆ ਕੇ ਵੀ ਇਹ ਹਿੱਸੇ ਪਾਏ ਨੇ ਖੁਸ਼ੀਆਂ ਪਾਏ ਨੇ ਔਰ ਇੱਕ ਸਿੱਖ ਜਗਤ ਦੀ ਮਹਾਨ ਪਰੰਪਰਾ ਨੂੰ ਮਹਾੰਤਰੀ ਕੇ ਨਾਲ ਉਜਾਗਰ ਕੀਤਾ ਹੈ ਤਪਸਥਾਨ ਗੁਰਦੁਆਰਾ ਮੰਜੀ ਸਾਹਿਬ ਇੰਤਜ਼ਾਮੀਆਂ ਸੇਵਾ ਕਮੇਟੀ ਦੀ ਜੋ ਮੈਨੇਜਮੈਂਟ ਹੈ ਉਹਨਾਂ ਦੇ ਸਰਪ੍ਰਸਤ ਡਾਕਟਰ ਸੰਤ ਸਿੰਘ ਜੀ ਦਾਸ ਬਾਬਾ ਸਰਨਜੀਤ ਸਿੰਘ ਜੀ ਵਲਜੀਤ ਸਿੰਘ ਜੀ ਸੋਢੀ ਪਾਇਸਾ ਪਾਈ ਪਰਮਜੀਤ ਸਿੰਘ ਜੀ ਐਗਜ਼ੀਕਟਿਵ ਬੋਡੀ ਦੇ तमाम ਮੈਂਬਰ اور ਜਨਰਲ ਬੋਡੀ ਦੇ तमाम ਮੈਂਬਰ ਅਸੀਂ ਤੁਹਾਡਾ ਪੂਰਨ ਸਤਿਕਾਰ ਕਰਦੇ ਹਾਂ ਤੋਂ ਉਮੀਦ ਰੱਖਦੇ ਹਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਔਰ ਸਾਡੇ ਤਪਸਥਾਨ ਗੁਰਦੁਆਰਾ ਮੰਜੀ ਸਾਹਿਬ ਤੋਂ ਆਉਣ ਵਾਲੇ ਜਿੰਨੇ ਵੀ ਪ੍ਰੋਗਰਾਮ ਨੇ ਉਹਨਾਂ ਵਿੱਚ ਵੱਧ ਚੜ ਕੇ ਹਿੱਸੇ ਪਾ ਕੇ ਔਰ ਇਸ ਮਹਾਨ ਸੇਵਾ ਨੂੰ ਅਗਾਹ ਵੀ ਤੋਰੋਗੇ ਔਰ ਖੁਸ਼ੀਆਂ ਵੀ ਪ੍ਰਾਪਤ ਕਰੋਗੇ ਔਰ ਜਗ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਉਸਤਤ ਹੈ ਉਹਦਾ ਵੀ ਵਿਖਿਆਨ ਕਰੋਗੇ ਲੋਕਾਂ ਤੱਕ ਪ੍ਰਚਲਿਤ ਕਰੋਗੇ ਤਾਂ ਕਿ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਨਾਲ ਇੱਕ ਸਾਂਝੀ ਵਾਲਤਾ ਦਾ ਸਾਚ ਦਾ ਬਗਹਮ ਜਿਹੜਾ ਹੈ ਪੂਰੀ ਦੁਨੀਆ ਦੇ ਵਿੱਚ ਅਸੀਂ ਦੇਸ਼ ਕੇ ਮਹਾਰਾਯਾ ਕਿਰਪਾ ਕਰਨ ਐਨੇ ਸ਼ਬਦ ਪ੍ਰਵਾਨ ਕਰੋ ਮੈਂ ਉਮੀਦ ਨਾਲ ਫਿਰ ਦੁਬਾਰਾ ਆਪ ਜੀ ਤੋਂ ਸ਼ੇਵਾ ਮੰਗਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ